ਲਗਭਗ 85 ਸਾਲ ਦੇ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਸ਼੍ਰੀਮਤੀ ਸ਼ਕੁੰਤਲਾ ਦੇਵੀ ਜੀ, ਜਿਨ੍ਹਾਂ ਨੂੰ ਯੋਗ ਗੁਰੂ ਮਾਂ ਕਿਹਾ ਜਾਂਦਾ ਹੈ। ਔਰ ਇਹਨਾਂ ਨੇ ਖੁਦ ਯੋਗ ਸ਼ੁਰੂ ਕੀਤਾ। 1 ਕੁਇੰਟਲ ਤੇ 20 ਕਿਲੋ ਇਹਨਾਂ ਦਾ ਕਿਸੇ ਸਮੇਂ ਭਾਰ ਸੀ। ਤੁਸੀਂ ਦੇਖੋ ਵੀ ਇਹਨਾਂ ਦਾ ਭਾਰ 1 ਕੁਇੰਟਲ ਤੇ 20 ਕਿਲੋ ਸੀਗਾ, ਪਰ ਅੱਜ ਮਹਿਜ਼ 40 ਕਿਲੋ ਦੇ ਇਹ ਰਹਿ ਗਏ ਨੇ। ਮੈਨੂੰ ਐਂ ਲੱਗਿਆ ਜਿਵੇਂ ਕੋਈ 35-40 ਸਾਲ ਦੀ ਕੋਈ ਜਿਵੇਂ ਲੇਡੀ ਹੁੰਦੀ ਹੈ ਉਹ ਭੱਜੀ ਫਿਰਦੀ ਹੈ। ਸੀਰੀਅਸਲੀ ਮੈਨੂੰ ਇਹ ਮਹਿਸੂਸ ਹੋਇਆ ਤੁਹਾਨੂੰ ਮਿਲ ਕੇ। ਦੇਖੋ ਇਹ ਯੋਗ ਦੀ ਸਾਰੀ ਕਲਾਮਾਤ ਹੈ, ਯੋਗ ਹੈ ਅਤੇ ਅਸੀਂ ਤੰਦਰੁਸਤ ਹਾਂ। ਜੇ ਅਸੀਂ ਇਹ ਥੋੜ੍ਹੀ ਹਿੰਮਤ ਕਰੀਏ ਤਾਂ ਅਸੀਂ ਤੰਦਰੁਸਤ ਹੋ ਸਕਦੇ ਹਾਂ, ਭਾਵੇਂ ਕਿੰਨੀਆਂ ਬਿਮਾਰੀਆਂ ਨੇ, ਸਭ ਬਿਮਾਰੀਆਂ 'ਚੋਂ ਅਸੀਂ ਰਹਿਤ ਹੋ ਸਕਦੇ ਹਾਂ। ਜੇ ਅਸੀਂ ਸਵੇਰੇ ਉੱਠ ਕੇ 4 ਵਜੇ ਅਤੇ ਉੱਠ ਕੇ ਯੋਗ ਅਭਿਆਸ ਪਾਣੀ ਪੀ ਲਓ, ਗਰਮ ਪਾਣੀ ਪੀ ਕੇ ਅਤੇ ਆਪਣਾ ਯੋਗ ਅਭਿਆਸ ਕਪਾਲ ਭਾਤੀ ਕਰ ਲਓ, ਲੌਂਗ ਲੌਂਗ ਕਰ ਲਓ, ਹੈਂ ਇਹ ਆਸਣ ਕਰ ਲਓਗੇ ਅਤੇ ਫਿਰ ਸੁਖਸ਼ਮੈਨ ਕਰ ਲਓ, ਉਹ ਕਰੋਗੇ ਤਾਂ ਠੀਕ ਹੋ ਜਾਓਗੇ। ਲੰਮੇ ਗਹਿਰੇ ਸਾਹ ਲੈ ਲਓ। ਵੇਖੋ ਕਿ ਮੇਰੇ ਗੋਡੇ ਨਹੀਂ ਹਨ ਚੱਲਦੇ, ਮੋਟਾਪਾ ਸੀ, ਸਾਹ ਚੜ੍ਹਦਾ ਸੀ, ਲੈਂਸ ਪਾਏ ਹਨ ਅਤੇ ਲੈਂਸ ਪਏ ਹਨ ਅਤੇ ਤਾਂ ਵੀ ਮੇਰੀ ਰੜਕ ਨਹੀਂ ਜਾਂਦੀ। ਫਿਰ ਮੇਰੀਆਂ ਇਹ ਜਿਹੜੀਆਂ ਸਾਰੀਆਂ ਬਿਮਾਰੀਆਂ ਹਨ, ਫਿਰ ਮੇਰੇ ਫੇਫੜਿਆਂ 'ਚ ਪਾਣੀ ਵੀ ਪੈ ਗਿਆ ਸੀ, ਪਰ ਮੇਰੀਆਂ ਸਾਰੀਆਂ ਹੈਂ ਫਿਰ ਸਾਰੀਆਂ ਬਿਮਾਰੀਆਂ ਮੇਰੀਆਂ ਯੋਗ ਨਾਲ ਠੀਕ ਹੋਈਆਂ ਨੇ। ਮੈਂ ਨਹੀਂ ਲੱਗਦਾ ਹੁਣ ਤੁਸੀਂ ਬਹੁਤ ਹੀ ਜ਼ਿਆਦਾ ਬਾਹਲੀ ਕਮਜ਼ੋਰ ਹੋ ਗਏ ਵੀ 40 ਕਿਲੋ ਦੀ ਰਹਿ ਗਏ, ਜਿਵੇਂ 120। ਮੈਨੂੰ ਪਹਿਲਾਂ ਐਂ ਤੁਹਾਨੂੰ ਦੇਖ ਕੇ ਐਂ ਲੱਗਿਆ ਵੀ ਕਿਤੇ ਮਾਤਾ ਜੀ ਨੂੰ ਥਾਇਰਾਇਡ ਨਾ ਹੋਵੇ, ਵੀ ਜਿਹੜੇ ਇੰਨੇ ਜ਼ਿਆਦਾ ਇਹ ਪਤਲੇ ਨੇ, ਇੰਨੇ ਜ਼ਿਆਦਾ ਵੀਕ ਨੇ। ਔਰ ਤੁਸੀਂ ਜਦੋਂ ਦੱਸਿਆ ਕਿ ਮੈਂ ਤਾਂ 120 ਕਿਲੋ ਦੀ ਸੀ, ਔਰ ਮੈਂ ਸੁਣ ਕੇ ਹੈਰਾਨ ਹੀ ਰਹਿ ਗਈ ਕਿ ਤੁਸੀਂ 120 ਕਿਲੋ ਦੀ ਵੀ ਕਦੇ ਹੋ ਸਕਦੇ ਹੋ। ਮੇਰੇ ਕੋਲ ਫੋਟੋ ਹੈ, ਮੇਰੀ ਫੋਟੋ ਵੇਖ ਸਕਦੇ ਹਾਂ, ਪ੍ਰਮਾਣ ਤਾਂ ਅਸੀਂ ਜ਼ਰੂਰ ਦੇਖਾਂਗੇ, ਐ ਨਹੀਂ ਅਸੀਂ ਵਿਸ਼ਵਾਸ ਕਰਦੇ ਗਾ। ਨਹੀਂ ਉਹ ਵੇਖ ਲਿਓ ਨਾ, ਫੋਟੋ ਵੇਖ ਲਿਓ ਨਾ। ਮੈਂ ਨਹੀਂ ਆ ਜਿਹੜੇ ਮੰਜੀ 'ਤੇ ਬਜ਼ੁਰਗ ਨੇ ਦਵਾਈਆਂ ਅੰਗਰੇਜ਼ੀ ਛੱਡ ਦੇਣਾ ਅਤੇ ਮੇਰੇ ਆਖੇ ਲੱਗਣ ਅਤੇ ਇਹ ਯੋਗ ਕਰਨ, ਆਸਤਾ ਲਾ ਲੈਣਾ, ਹੈਂ ਸਵਾਮੀ ਆਉਂਦੇ ਨੇ ਉਹ ਲਾ ਲੈਣਾ, ਮੈਂ ਵੀਡੀਓ ਪਾਈ ਦੀਆਂ ਨੇ ਉਹ ਕਰ ਲੈਣਾ, ਅਤੇ ਉਹਦੀ ਦਿਆ ਦੇ ਨਾਲ, ਸਵਾਮੀ ਜੀ ਦੀ ਦਿਆ ਦੇ ਨਾਲ ਮੈਂ ਵੀ ਹੈਂ ਅੱਜ ਮੈਨੂੰ ਦੁਨੀਆ ਜਾਣਨ ਲੱਗੀ। ਅੱਛਾ ਮੈਨੂੰ ਐਂ ਦੱਸੋ, ਤੁਹਾਡੀ ਲਗਭਗ 85 ਸਾਲ ਦੀ ਉਮਰ ਹੈ, ਦਵਾਈ ਕਾਸੇ ਦੀ ਕੋਈ ਸ਼ੂਗਰ ਦੀ, ਕੋਈ BP ਦੀ, ਕਾਸੇ ਦੀ ਗੋਲੀ ਲੱਗੀ ਹੋਈ ਹੈ ਤੁਹਾਨੂੰ ਖਾਂਦੇ ਹੋ ਕੋਈ? ਕੋਈ ਗੋਲੀ ਨਾ, ਮੈਂ ਸ਼ੂਗਰ ਦੀ ਖਾਂਦੀ ਹਾਂ, ਨਾ ਮੈਂ ਕੋਈ ਗੋਲੀ ਖਾਂਦੀ ਹਾਂ। ਮੈਨੂੰ ਮਤਲਬ ਇੱਕ ਮੇਰੇ ਦੰਦ ਨਹੀਂ, ਇੱਕ ਮੇਰਾ ਪਿੱਤਾ ਨਹੀਂ। ਗੁਰੂ ਕੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਹਰ ਖੇਤਰ ਦੇ ਵਿੱਚ ਹਮੇਸ਼ਾ ਅੱਗੇ ਰਹਿੰਦੀ ਹੈ। ਇਤਿਹਾਸ ਸਿਰਜਣ ਦੀ ਜੇਕਰ ਗੱਲ ਕਰੀਏ ਤਾਂ ਇਸ ਧਰਤੀ ਨੇ ਬਹੁਤ ਵੱਡੇ ਵੱਡੇ ਜਿਹੜੇ ਇਤਿਹਾਸ ਹੈ ਉਹ ਆਪਣੇ ਨਾਮ ਕੀਤੇ ਨੇ। ਔਰ ਅੱਜ ਜੇਕਰ ਸਿਹਤ ਦੀ ਗੱਲ ਕਰੀਏ ਤਾਂ ਸਿਹਤ ਖੇਤਰ ਦੇ ਵਿੱਚ ਵੀ ਅੰਮ੍ਰਿਤਸਰ ਸਾਹਿਬ ਇੱਕ ਵੱਡਾ ਜਿਹੜਾ ਨਾਮ ਹੈ ਉਹ ਇਤਿਹਾਸ ਦੇ ਵਿੱਚ ਦਰਜ ਕਰਨ ਜਾ ਰਿਹਾ, ਕਿਉਂਕਿ ਇੱਥੋਂ ਦੇ ਇੱਕ ਲਗਭਗ 85 ਸਾਲ ਦੇ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਸ਼੍ਰੀਮਤੀ ਸ਼ਕੁੰਤਲਾ ਦੇਵੀ ਜੀ, ਜਿਨ੍ਹਾਂ ਨੂੰ ਯੋਗ ਗੁਰੂ ਮਾਂ ਕਿਹਾ ਜਾਂਦਾ ਹੈ। ਔਰ ਇਹਨਾਂ ਨੇ ਖੁਦ ਯੋਗ ਸ਼ੁਰੂ ਕੀਤਾ। ਮੈਂ ਉਹਨਾਂ ਦੀ ਥੋੜ੍ਹੀ ਤੁਹਾਨੂੰ ਬੈਕਗਰਾਊਂਡ ਦੱਸ ਦਿੰਦੀ ਹਾਂ ਕਿ 1 ਕੁਇੰਟਲ ਅਤੇ 20 ਕਿਲੋ ਇਹਨਾਂ ਦਾ ਕਿਸੇ ਸਮੇਂ ਭਾਰ ਸੀ। ਤੁਸੀਂ ਦੇਖੋ ਵੀ ਇਹਨਾਂ ਦਾ ਭਾਰ 1 ਕੁਇੰਟਲ ਅਤੇ 20 ਕਿਲੋ ਸੀਗਾ, ਪਰ ਅੱਜ ਮਹਿਜ਼ 40 ਕਿਲੋ ਦੇ ਇਹ ਰਹਿ ਗਏ ਨੇ। ਔਰ ਇਹ ਸਿਰਫ ਅਤੇ ਸਿਰਫ ਯੋਗ ਦੀ ਬਦੌਲਤ ਜਿਹੜਾ ਹੈ ਇਹ ਮਾਤਾ ਜੀ ਕਹਿੰਦੇ ਨੇ ਕਿ ਮੈਂ ਸਹੀ ਹੋਈ ਹਾਂ। ਔਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਇਹਨਾਂ ਦੀਆਂ ਬਿਮਾਰੀਆਂ ਸੀਗੀਆਂ ਜਿਨ੍ਹਾਂ ਨੇ ਇਹਨਾਂ ਨੂੰ ਜਕੜਿਆ ਹੋਇਆ ਸੀ, ਗੋਡਿਆਂ ਦੀ ਬਿਮਾਰੀਆਂ ਸੀ, ਪਰ ਅੱਜ ਮਾਤਾ ਜੀ ਇਸ ਘਰ ਦੀ ਦੂਸਰੀ ਤੀਸਰੀ ਮੰਜ਼ਿਲ 'ਤੇ ਇਸ ਤਰ੍ਹਾਂ ਚੜ੍ਹ ਜਾਂਦੇ ਨੇ ਜਿਵੇਂ ਕੋਈ 5-7 ਸਾਲ ਦਾ ਬੱਚਾ ਜਿਹੜਾ ਹੈਗਾ ਪੌੜੀਆਂ ਚੜ੍ਹ ਜਾਂਦਾ ਹੈ। ਗੱਲਬਾਤ ਕਰਦੇ ਹਾਂ, ਔਰ ਖੁਦ ਤਾਂ ਯੋਗ ਕਰ ਹੀ ਰਹੇ ਨੇ ਕਾਫੀ ਸਾਲਾਂ ਤੋਂ, ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਵੀ ਯੋਗ ਜਿਹੜੇ ਅਭਿਆਸ ਹੈ ਹੋਰਾਂ ਮਹਿਲਾਵਾਂ ਨੂੰ ਕਰਵਾਉਂਦੇ, ਇਹਨਾਂ ਦੀ ਕਲਾਸ ਦੇ ਵਿੱਚ ਬੱਚੇ ਵੀ ਆਉਂਦੇ ਨੇ, ਛੋਟੀ ਛੋਟੀ ਉਮਰ ਦੇ ਬੱਚੇ ਵੀ ਹੁੰਦੇ ਨੇ। ਇਸ ਤੋਂ ਇਲਾਵਾ
ਪੁਲਿਸ ਵਾਲਿਆਂ ਨੂੰ ਤੱਕ ਵੀ ਇਹ ਜਿਹੜਾ ਯੋਗ ਹੈ ਉਹ ਇਹ ਸਿਖਾਉਂਦੇ ਨੇ। ਗੱਲਬਾਤ ਕਰਦੇ ਹਾਂ, ਮਾਤਾ ਜੀ ਨਮਸਕਾਰ। ਨਮਸਕਾਰ ਜੀ, ਕੀ ਹਾਲ ਹੈ? ਠੀਕ ਹੋ? ਤੁਹਾਡਾ ਬਹੁਤ ਵਧੀਆ, ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜਿਹੜਾ ਦੁਨੀਆ ਨੂੰ ਤੰਦਰੁਸਤੀ ਦੇਣ ਵਾਸਤੇ ਇੱਥੇ ਆਏ ਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਨਹੀਂ ਤਾਂ ਇਸ ਉਮਰ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਉਹ ਕਹਿੰਦੇ ਸਾਨੂੰ ਰਿਟਾਇਰਮੈਂਟ ਦੇ ਦਿਓ, ਅਸੀਂ ਹੁਣ ਬੈਠ ਕੇ ਆਪਣਾ, ਸਾਨੂੰ ਡਿਸਟਰਬ ਨਾ ਕਰੋ, ਅਸੀਂ ਜਾਂ ਤਾਂ ਰੱਬ ਦਾ ਨਾਮ ਲੈਣਾ ਚਾਹੁੰਦੇ ਹਾਂ, ਅਸੀਂ ਆਰਾਮ ਕਰਨਾ ਚਾਹੁੰਦੇ ਹਾਂ। ਪਰ ਤੁਸੀਂ ਇਸ ਉਮਰ ਦੇ ਵਿੱਚ ਵੀ, ਮੈਨੂੰ ਐਂ ਲੱਗਿਆ ਜਿਵੇਂ ਕੋਈ 35-40 ਸਾਲ ਦੀ ਕੋਈ ਜਿਵੇਂ ਲੇਡੀ ਹੁੰਦੀ ਹੈ ਉਹ ਭੱਜੀ ਫਿਰਦੀ ਹੈ। ਸੀਰੀਅਸਲੀ ਮੈਨੂੰ ਇਹ ਮਹਿਸੂਸ ਹੋਇਆ ਤੁਹਾਨੂੰ ਮਿਲ ਕੇ। ਦੇਖੋ, ਇਹ ਯੋਗ ਦੀ ਸਾਰੀ ਕਲਾਮਾਤ ਹੈ ਜੀ। ਯੋਗ ਹੈ ਅਤੇ ਅਸੀਂ ਤੰਦਰੁਸਤ ਹਾਂ, ਜੇ ਅਸੀਂ ਇਹ ਥੋੜ੍ਹੀ ਹਿੰਮਤ ਕਰੀਏ ਅਤੇ ਅਸੀਂ ਤੰਦਰੁਸਤ ਹੋ ਸਕਦੇ ਹਾਂ। ਭਾਵੇਂ ਕਿੰਨੀਆਂ ਬਿਮਾਰੀਆਂ ਨੇ, ਸਭ ਬਿਮਾਰੀਆਂ 'ਚੋਂ ਅਸੀਂ ਰਹਿਤ ਹੋ ਸਕਦੇ ਹਾਂ, ਵਧੀਆ ਹੋ ਸਕਦੇ ਹਾਂ। ਜੇ ਅਸੀਂ ਸਵੇਰੇ ਉੱਠ ਕੇ 4 ਵਜੇ ਅਤੇ ਉੱਠ ਕੇ ਯੋਗ ਅਭਿਆਸ, ਪਾਣੀ ਪੀ ਲਓ ਗਰਮ ਪਾਣੀ ਪੀ ਕੇ ਅਤੇ ਆਪਣਾ ਯੋਗ ਅਭਿਆਸ ਕਬਾਲ ਬਾਤੀ ਕਰ ਲਓ, ਲੌਂਗ ਲੌਂਗ ਕਰ ਲਓ, ਹੈਂ ਇਹ ਆਸਣ ਕਰ ਲਓਗੇ ਅਤੇ ਫਿਰ ਸੁਖਸ਼ਮੈਨ ਕਰ ਲਓ, ਉਹ ਕਰੋਗੇ ਤਾਂ ਠੀਕ ਹੋ ਜਾਓਗੇ। ਲੰਮੇ ਗਹਿਰੇ ਸਾਹ ਲੈ ਲਓ ਜੀ। ਜੀ ਮਾਤਾ ਜੀ, ਜਿਹੜਾ ਭਾਰਤ ਹੈ ਉਹ ਯੋਗ ਦੀ ਜਨਮ ਭੂਮੀ ਹੈ। ਯੋਗ ਦਾ ਜਿਹੜਾ ਬੀਜ ਸੀ ਭਾਰਤ ਦੇ ਵਿੱਚੋਂ ਹੀ ਪਣਪਿਆ ਸੀਗਾ ਔਰ ਅੱਜ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ। ਇਹਨੂੰ ਬਾਹਰਲੇ ਦੇਸ਼ਾਂ ਦੇ ਲੋਕ ਵੀ ਅਡੋਪਟ ਕਰ ਰਹੇ ਨੇ, ਉਹ ਵੀ ਯੋਗਾ ਕਰਦੇ ਨੇ, ਫੋਰਨਰਸ ਵੀ। ਤੁਹਾਡੀ ਜ਼ਿੰਦਗੀ ਦੇ ਵਿੱਚ ਜਦੋਂ ਦਾ ਯੋਗ ਆਇਆ ਤਾਂ ਤੁਹਾਨੂੰ ਕਿਹੜੀਆਂ ਕਿਹੜੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਤੋਂ ਨਿਜਾਤ ਮਿਲੀ ਹੈ? ਵੇਖੋ ਕਿ ਮੇਰੇ ਗੋਡੇ ਨਹੀਂ ਹਨ ਚੱਲਦੇ, ਮੋਟਾਪਾ ਸੀ, ਸਾਹ ਚੜ੍ਹਦਾ ਸੀ, ਲੈਂਸ ਪਾਏ ਹਨ ਅਤੇ ਲੈਂਸ ਪਏ ਹਨ ਅਤੇ ਤਾਂ ਵੀ ਮੇਰੀ ਰੜਕ ਨਹੀਂ ਜਾਂਦੀ। ਫਿਰ ਮੇਰੀਆਂ ਇਹ ਜਿਹੜੀਆਂ ਸਾਰੀਆਂ ਬਿਮਾਰੀਆਂ ਹਨ, ਫਿਰ ਮੇਰੇ ਫੇਫੜਿਆਂ 'ਚ ਪਾਣੀ ਵੀ ਪੈ ਗਿਆ ਸੀ, ਪਰ ਮੇਰੀਆਂ ਸਾਰੀਆਂ ਹੈਂ ਫਿਰ ਸਾਰੀਆਂ ਬਿਮਾਰੀਆਂ ਮੇਰੀਆਂ ਯੋਗ ਨਾਲ ਠੀਕ ਹੋਈਆਂ ਨੇ। ਥੋੜ੍ਹਾ ਚਿਰ ਜਦੋਂ ਫੇਫੜਿਆਂ 'ਚ ਪਾਣੀ ਪਿਆ, ਥੋੜ੍ਹਾ ਇਹਨਾਂ ਦਵਾਈ ਲਿਆਂਦੀ ਅਤੇ ਮੈਨੂੰ ਦਵਾਈ ਜਿਹੜੀ ਚੰਗੀ ਨਹੀਂ ਲੱਗਦੀ, ਮੈਨੂੰ ਤਾਂ ਖਾਣੀ ਆਉਣ ਜਿਹੀ ਜਿਵੇਂ ਕੋਈ ਮੌਤ ਅੱਗੇ ਆਉਂਦੀ ਹੈ ਨਾ, ਬਖਾਲੀ ਦਿੰਦਾ ਇਸ ਤਰ੍ਹਾਂ ਹੁੰਦਾ। ਬੜੀ ਮੈਨੂੰ ਇਹਨਾਂ ਕਹਿ ਕੁਆ ਕੇ, ਮਤਲਬ ਕੋਲ ਬਹਿ ਕੇ ਨਾ ਖਵਾਉਣੀ, ਹੈਂ ਅਤੇ ਜਦੋਂ ਇਹਨਾਂ ਨੇ ਕੋਲ ਨਹੀਂ ਬਹਿਣਾ, ਹੈਂ ਜੇ ਮੈਨੂੰ ਜਦੋਂ ਆਪਣੇ ਮੈਂ ਹੋ ਗਈ ਖਾਣ ਜੋਗੀ, ਫਿਰ ਮੈਂ ਜੋ ਦਵਾਈ ਜਿਹੜੀ ਛੁਪਾ ਹਟਦੀ ਹਾਂ, ਕੂੜੇ ਸੁੱਟ ਦਿੰਦੀ ਹਾਂ ਅਤੇ ਆਪੇ ਮੈਂ ਯੋਗ ਅਭਿਆਸ ਕਰਦੀ ਰਹਿੰਦੀ ਹਾਂ। ਯੋਗ ਦੇ ਨਾਲ ਫਿਰ ਜਦੋਂ ਮੈਂ ਲੰਮੇ ਸਾਹ ਲੈਣੇ, ਲੌਂਗ ਲੌਂਗ ਕਰਨਾ, ਕਰਦਿਆਂ ਕਰਦਿਆਂ ਮੇਰੇ ਜਿਹੜੇ ਫੇਫੜਿਆਂ 'ਚ ਪਾਣੀ ਉਹ ਠੀਕ ਹੋ ਗਿਆ। ਭਾਰਾ ਪਾਨੇ ਆ ਜਿਹੜਾ ਸੀ ਨਾ, ਇੱਥੋਂ ਇੱਕ ਵਾਰੀ ਕੱਢਿਆ ਵੀ ਆਇਆ ਸੀ ਉਹਨਾਂ, ਅਤੇ ਫਿਰ ਵੀ ਮੇਰਾ ਇਹ ਜਿਹੜਾ ਭਾਰਾ ਪਾਨ ਸੀ, ਫਿਰ ਵੀ ਇਹਦੇ ਨਾਲ ਮਤਲਬ ਮੇਰਾ ਹਲਕਾ ਹੋ ਜਾਂਦਾ ਸੀ, ਠੀਕ ਹੋ ਜਾਂਦਾ ਸੀ। ਇਹ ਮੈਂ ਯੋਗ ਕਰਦੀ ਰਹੀ ਹਾਂ ਅਤੇ ਠੀਕ ਰਹੀ ਹਾਂ। ਅੱਛਾ, ਹੁਣ ਮੈਨੂੰ ਇਹ ਦੱਸੋ ਵੀ ਤੁਹਾਨੂੰ ਐਂ ਨਹੀਂ ਲੱਗਦਾ ਹੁਣ ਤੁਸੀਂ ਬਹੁਤ ਹੀ ਜ਼ਿਆਦਾ ਬਾਹਲੀ ਕਮਜ਼ੋਰ ਹੋ ਗਏ ਵੀ 40 ਕਿਲੋ ਦੀ ਰਹਿ ਗਏ ਜਿਵੇਂ 120? ਮੈਨੂੰ ਪਹਿਲਾਂ ਐਂ ਤੁਹਾਨੂੰ ਦੇਖ ਕੇ ਐਂ ਲੱਗਿਆ ਵੀ ਕਿਤੇ ਮਾਤਾ ਜੀ ਨੂੰ ਥਾਇਰਾਇਡ ਨਾ ਹੋਵੇ, ਵੀ ਜਿਹੜੇ ਇੰਨੇ ਜ਼ਿਆਦਾ ਇਹ ਪਤਲੇ ਨੇ, ਇੰਨੇ ਜ਼ਿਆਦਾ ਵੀਕ ਨੇ। ਔਰ ਤੁਸੀਂ ਜਦੋਂ ਦੱਸਿਆ ਕਿ ਮੈਂ ਤਾਂ 120 ਕਿਲੋ ਦੀ ਸੀ, ਔਰ ਮੈਂ ਸੁਣ ਕੇ ਹੈਰਾਨ ਹੀ ਰਹਿ ਗਈ ਕਿ ਤੁਸੀਂ 120 ਕਿਲੋ ਦੀ ਵੀ ਕਦੇ ਹੋ ਸਕਦੇ ਹੋ। ਮੇਰੇ ਕੋਲ ਫੋਟੋ ਹੈ, ਮੇਰੀ ਫੋਟੋ ਵੇਖ ਸਕਦੇ ਹਾਂ? ਪ੍ਰਮਾਣ ਤਾਂ ਅਸੀਂ ਜ਼ਰੂਰ ਦੇਖਾਂਗੇ, ਐ ਨਹੀਂ ਅਸੀਂ ਵਿਸ਼ਵਾਸ ਕਰਦੇ ਗਾ। ਨਹੀਂ ਉਹ ਵੇਖ ਲਿਓ ਨਾ, ਫੋਟੋ ਵੇਖ ਲਿਓ ਨਾ, ਤਾਂ ਭਾਈ ਮੇਰੇ ਨੀਲੇ ਨੀਲੀਆਂ ਬਾਹਾਂ ਹਨ, ਬੜਾ ਬੁਰਾ ਹਾਲ ਸੀ ਅਤੇ ਸਭ ਕੁਝ ਠੀਕ ਹੋ ਗਿਆ। ਇਵੇਂ ਕਿ ਯੋਗ ਜਿਹੜਾ ਇੱਕ ਤੰਦਰੁਸਤੀ ਦਾ ਖਜ਼ਾਨਾ, ਜਦੋਂ ਯੋਗ ਕਰੀਏ ਅਤੇ ਸਵੇਰੇ ਉੱਠਣ ਦਾ ਹੀ ਹੈ, ਆਲਸ ਛੱਡ ਦਿਓ। ਮੈਂ ਨਹੀਂ ਆ ਜਿਹੜੇ ਮੰਜੀ ਅਤੇ ਬਜ਼ੁਰਗ ਨੇ ਦਵਾਈਆਂ ਅੰਗਰੇਜ਼ੀ ਛੱਡ ਦੇਣ ਅਤੇ ਮੇਰੇ ਆਖੇ ਲੱਗਣ ਅਤੇ ਇਹ ਯੋਗ ਕਰਨ, ਆਸਤਾ ਲਾ ਲੈਣ, ਹੈਂ ਸਵਾਮੀ ਆਉਂਦੇ ਨੇ ਉਹ ਲਾ ਲੈਣਾ, ਮੈਂ ਵੀਡੀਓ ਪਾਈ ਦੀਆਂ ਨੇ ਉਹ ਕਰ ਲੈਣਾ, ਅਤੇ ਉਹਦੀ ਦਿਆ ਦੇ ਨਾਲ, ਸਵਾਮੀ ਜੀ ਦੀ ਦਿਆ ਦੇ ਨਾਲ ਮੈਂ ਵੀ ਹੈਂ ਅੱਜ ਮੈਨੂੰ ਦੁਨੀਆ ਜਾਣਨ ਲੱਗੀ ਉਹਨਾਂ ਦੀ ਮਿਹਰ। ਯੋਗ ਇੱਕ ਇਹੋ ਜਿਹੀ ਚੀਜ਼ ਹੈ ਜੋ ਤੁਹਾਡੇ
ਤੁਹਾਨੂੰ ਤੰਦਰੁਸਤੀ ਦੇ ਨਾਲ ਨਾਲ ਤੁਹਾਨੂੰ ਮਨ ਨੂੰ ਵੀ ਸ਼ਾਂਤੀ ਦਿੰਦੀ ਹੈ। ਜਿਵੇਂ ਅੱਜ ਦੀ ਨੌਜਵਾਨ ਪੀੜ੍ਹੀ ਆ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ ਜਿੰਮ ਵੱਲ, ਜਿਮਿੰਗ ਬਹੁਤ ਕਰਦੇ ਨੇ, ਫਿਰ ਉਹ ਜਿੰਮ ਵਾਲੇ ਜਿਹੜੇ ਹੈਗੇ ਨੇ ਉਹ ਕਹਿ ਦਿੰਦੇ ਨੇ ਕਿ ਤੁਸੀਂ ਨਾਲ ਸਪਲੀਮੈਂਟ ਖਾਓ, ਤੁਸੀਂ ਸਟੀਰੋਇਡਸ ਵਗੈਰਾ ਲਓ, ਹੈ ਨਾ, ਤਾਂ ਉਹ ਚੀਜ਼ ਉਹਨਾਂ ਦੀ ਸਿਹਤ 'ਤੇ ਲੌਂਗ ਰਨ ਦੇ ਵਿੱਚ ਜਿਹੜਾ ਹੈਗਾ ਬਹੁਤ ਜ਼ਿਆਦਾ ਅਸਰ ਕਰਦੀ ਹੈ, ਬੁਰਾ ਅਸਰ ਕਰਦੀ ਹੈ, ਹੈ ਨਾ। ਔਰ ਯੋਗਾ ਜਿਹੜੀ ਹੈਗੀ ਉਹ ਇੰਨੀ ਅਫੋਰਡੇਬਲ ਹੈ ਕਿ ਤੁਸੀਂ ਘਰ ਦੇ ਇੱਕ ਕੋਨੇ ਦੇ ਵਿੱਚ ਵੀ ਇਹਨੂੰ ਕਰ ਸਕਦੇ ਹੋ, ਹੈ ਨਾ। ਜਿਸ ਤਰ੍ਹਾਂ ਤੁਹਾਡਾ ਸੈਟਅਪ ਛੱਤ 'ਤੇ ਵੀ ਲੱਗਿਆ ਹੋਇਆ, ਵੀ ਬਹੁਤ ਸੋਹਣਾ ਹਾਲ ਹੈ ਤੁਹਾਡੇ ਘਰ ਦੇ ਵਿੱਚ ਹੀ ਮੌਜੂਦ, ਔਰ ਇੱਥੇ ਆ ਕੇ ਅਸੀਂ ਦੇਖਿਆ ਕਿ ਬੱਚੇ ਤੋਂ ਲੈ ਕੇ ਵੱਡੇ ਤੱਕ ਜਿਹੜੇ ਹੈ ਯੋਗਾ ਤੁਹਾਡੇ ਕੋਲ ਕਰਦੇ ਹੈ। ਤਾਂ ਤੁਸੀਂ ਜਦੋਂ ਆਪ ਸਹੀ ਹੋਏ, ਜਦੋਂ ਅਸੀਂ ਖੁਦ ਕੋਈ ਚੀਜ਼ ਐਕਸਪੀਰੀਅੰਸ ਕਰਦੇ ਹਾਂ, ਹੈ ਨਾ, ਅਤੇ ਸਾਨੂੰ ਉਹਦਾ ਅਸਰ ਹੁੰਦਾ, ਸਾਨੂੰ ਵਿਸ਼ਵਾਸ ਵੀ ਉਦੋਂ ਹੀ ਹੁੰਦਾ ਉਸ ਗੱਲ 'ਤੇ, ਹੈ ਨਾ। ਤਾਂ ਜਦੋਂ ਤੁਸੀਂ ਆਪ ਯੋਗਾ ਕੀਤੀ ਤਾਂ ਉਦੋਂ ਬਾਅਦ ਤੁਸੀਂ ਫਿਰ ਲੋਕਾਂ ਨੂੰ ਕਿਵੇਂ ਜਿਹੜਾ ਹੈਗਾ ਯੋਗਾ ਦੇ ਵੱਲ ਤੁਸੀਂ ਪ੍ਰਭਾਵਿਤ ਕੀਤਾ? ਵੇਖੋ ਕਿ ਮੈਂ ਜਦੋਂ ਠੀਕ ਹੋਈ ਹਾਂ ਨਾ, ਮੈਂ ਨਾ ਕੀ ਕਰਨਾ, ਗਲੀ ਮੁਹੱਲਿਆਂ ਨੂੰ ਉਹਨਾਂ ਦੇ ਬੂਹੇ ਖੜਕਾਉਣੇ, ਉਹਨਾਂ ਨੂੰ ਆਖਣਾ ਕਿ ਆਓ ਯੋਗਾ ਕਰੀਏ, ਅਤੇ ਕਿਸੇ ਨੇ ਪਹਿਲਾਂ ਤਾਂ ਮਜ਼ਾਕਾਂ ਕਰਦੇ ਰਹੇ, ਪਹਿਲਾਂ ਤਾਂ ਕਹਿੰਦੇ ਹਨ ਪਾਗਲ ਹੋ ਗਈ ਹੈ, ਫਿਰ ਇਹਨਾਂ ਨੇ ਜਦੋਂ ਮੈਂ ਠੀਕ ਹੋ ਗਈ ਫਿਰ ਇਹਨਾਂ ਨੇ ਥੋੜ੍ਹਾ ਬਹੁਤਾ ਵਿਸ਼ਵਾਸ ਕੀਤਾ, ਫਿਰ ਕਈ ਮੇਰੇ ਕੋਲ ਆਉਣ ਲੱਗ ਪਈਆਂ, ਕੋਈ ਨਹੀਂ ਸੀ ਆਉਂਦੀ, ਕੋਈ ਆ ਜਾਂਦੀ ਸੀ, ਜਿਨ੍ਹਾਂ ਦੀ ਆਈਆਂ ਹਨ ਨਾ ਜਿਹੜੀਆਂ, ਉਹਨਾਂ ਦੇ ਵੀ ਪੰਜ ਪੰਜ ਕਿਲੋ ਵਜ਼ਨ ਘੱਟ ਗਿਆ ਸੀ। ਅਤੇ ਹੁਣ ਵੀ ਮੈਂ ਉਹਨਾਂ ਨੂੰ ਮਤਲਬ ਜਿਹੜੀਆਂ ਸਿੱਖ ਕੇ ਗਈਆਂ ਨੇ ਉਹਨਾਂ ਨੂੰ ਆਉਂਦੀਆਂ ਯੋਗਾ ਕਰ ਦਿਓ, ਤੋਂ ਆਉਂਦੀਆਂ ਨੇ ਉਹ ਕਰਨੀਆਂ, ਉਹ ਕਰਦੀਆਂ ਨੇ ਘਰ ਬੈਠੀਆਂ ਹੀ ਕਰਦੀਆਂ ਨੇ, ਮੇਰੇ ਕੋਲ ਨਹੀਂ ਆਉਂਦੀਆਂ ਹੁਣ, ਘਰ ਬੈਠੀਆਂ ਕਰਦੀਆਂ ਹਨ, ਪਰ ਉਹ ਇੱਜ਼ਤ ਮਾਣ ਕਰਦੀਆਂ ਨੇ, ਹੈਂ, ਅਤੇ ਮਾਤਾ ਮਾਤਾ ਪਈਆਂ ਕਰਦੀਆਂ। ਅੱਛਾ, ਮੈਨੂੰ ਐਂ ਦੱਸੋ, ਤੁਹਾਡੀ ਲਗਭਗ 85 ਸਾਲ ਦੀ ਉਮਰ ਹੈ, ਦਵਾਈ ਕਾਸੇ ਦੀ, ਕੋਈ ਸ਼ੂਗਰ ਦੀ, ਕੋਈ BP ਦੀ, ਕਾਸੇ ਦੀ ਗੋਲੀ ਲੱਗੀ ਹੋਈ ਹੈ ਤੁਹਾਨੂੰ, ਖਾਂਦੇ ਹੋ ਕੋਈ? ਕੋਈ ਗੋਲੀ ਨਾ ਮੈਂ ਸ਼ੂਗਰ ਦੀ ਖਾਂਦੀ ਹਾਂ, ਨਾ ਮੈਂ ਕੋਈ ਗੋਲੀ ਖਾਂਦੀ ਖਾਂ, ਮੇਰੇ ਨੂੰ ਮਤਲਬ ਇੱਕ ਮੇਰੇ ਦੰਦ ਨਹੀਂ, ਇੱਕ ਮੇਰਾ ਪਿੱਤਾ ਨਹੀਂ, ਸਾਡੇ ਜ਼ਮਾਨੇ 'ਚ ਯੋਗ ਨਹੀਂ ਸੀ ਨਾ, ਅਤੇ ਇਹ ਫਿਰ ਪਿੱਤਾ ਵੀ ਲੋਕ ਆਖਣ ਪੱਥਰੀ ਹੈ, ਪਿੱਤਾ ਕਢਾਉਣੇ ਪੈਂਦਾ, ਪਿੱਤਾ ਕਢਾਉਣੇ ਮੈਂ, ਉਹ ਮੈਂ ਪਿੱਤਾ ਕਢਾ ਲਿਆ, ਕਢਾ ਲਿਆ, ਉਹ ਤਾਂ ਸਾਡਾ ਤਾਂ ਉਹ ਹਿਸਾਬ ਹੈ, ਹੱਡੂ ਪੈਰੋਂ ਰਹੀ ਅਤੇ ਨਾਮ ਜਪਣ ਡਈ, ਕਿ ਜਦੋਂ ਸਾਨੂੰ ਪਤਾ ਹੀ ਨਹੀਂ ਸੀ, ਹੈਂ, ਅਤੇ ਇਹ ਵੇਖ ਹੁਣ ਜੇ ਸੀ ਭਾਵੇਂ ਪਿੱਤਾ ਵੀ ਨਿਕਲ ਗਿਆ, ਪਰ ਇਹ ਯੋਗ ਦੇ ਨਾਲ ਅਸੀਂ ਜਦੋਂ ਇਹ ਕਰਦੇ ਹਾਂ ਟੈਟ ਹੋ ਜਾਂਦੀ, ਕਹਿੰਦੇ ਚਲੋ ਗੈਸ, ਰੋਟੀ ਖਾ ਲਈ ਤਾਂ ਵੀ ਗੈਸ ਬਣ ਜਾਂਦੀ ਹੈ, ਕੋਈ ਚੀਜ਼ ਖਾਈ ਉਹਦੇ ਨਾਲ ਗੈਸ ਬਣ ਜਾਂਦੀ ਹੈ, ਹੈਂ, ਉਹਦੇ ਨਾਲ ਫਿਰ ਪੇਟ ਜਿਹੜਾ ਟੈਟ ਹੋ ਜਾਂਦਾ, ਜਦੋਂ ਫਿਰ ਮੰਡੂ ਦਾ ਆਸਣ ਕਰਦੇ ਹਾਂ, ਹੈਂ, ਯੋਗ ਅਭਿਆਸ ਕਰਦੇ ਹਾਂ, ਵੱਕਰ ਆਸਣ ਕਰਦੇ ਹਾਂ, ਇਹ ਕਰਦਿਆਂ ਕਰਦਿਆਂ ਫਿਰ ਸਾਡੇ ਸਰੀਰ ਦੇ ਵਿੱਚ ਉਹਨਾਂ ਹਲਕਾਪਨ ਹੋ ਜਾਂਦਾ, ਪੇਟ ਵੀ ਐਨ ਨਰਮ ਹੋ ਜਾਂਦਾ ਜਿਵੇਂ ਰੂਮ ਦਾ। ਹਾਂ, ਅਤੇ ਤੁਸੀਂ ਹਰ ਰੋਜ਼ ਕਰਦੇ ਹੋ ਜੀ ਯੋਗ ਅਭਿਆਸ, ਜਾਂ ਕੋਈ ਤੁਸੀਂ ਦਿਨ ਰੱਖੇ ਹੋਏ ਨੇ ਵੀ ਇੰਨੇ ਦਿਨ ਹੀ ਕਰਨਾ ਔਰ ਇੰਨੇ ਸਮੇਂ ਹੀ ਕਰਨਾ, ਰੂਟੀਨ ਕੀ ਹੈ ਤੁਹਾਡਾ? ਮੇਰਾ ਮਤਲਬ ਮੈਂ ਸਵੇਰੇ ਰੋਜ਼ਾਨਾ ਕਰਨਾ, ਮੈਂ 4 ਵਜੇ ਉੱਠਣਾ ਹਾਂ, ਜੇ ਮਤਲਬ ਬਹੁਤਾ ਸਮਝਿਆ ਕਿ ਮੇਰਾ ਪੇਟ ਟੈਟ ਹੈ, ਹੈਂ, ਜੋ ਕੋਈ ਗੈਸ ਬਹੁਤ ਵੀ ਬਣੀ ਹੈ, ਅਤੇ ਉਹ ਫਿਰ ਮੈਂ 3 ਵਜੇ ਵੀ ਉੱਠ ਕੇ ਅਤੇ ਫਿਰ ਆਪਣਾ ਯੋਗ ਕਰਕੇ ਨਰਮ ਕਰਕੇ ਪੇਟ ਸਾਫ਼ ਕਰ ਲੈਂਦੀ ਹਾਂ, ਮੇਰਾ ਪੇਟ ਜਿਹੜਾ ਨਾ ਕਬਜ਼ ਹੋ ਜਾਂਦੀ ਹੈ, ਫਿਰ ਮੇਰਾ ਮੈਂ ਆਸਣ ਕਰ ਕਰਕੇ ਮੰਡੂ ਦਾ ਆਸਣ ਕਰ, ਇਸ ਤਰ੍ਹਾਂ ਹੀ ਆਸਣਾਂ ਦੇ ਨਾਲ ਹੀ ਫਿਰ ਮੈਂ ਕਰਨੀ ਹਾਂ, ਹੈਂ, ਉਹਦੇ ਨਾਲ ਠੀਕ ਹੋ ਜਾਂਦਾ, ਫਿਰ ਮੇਰਾ ਪੇਟ ਨਰਮ ਹੋ ਜਾਂਦਾ, ਜਿਹੜਾ ਪੇਟ ਸਾਫ਼ ਹੋ ਜਾਂਦਾ। ਅੱਛਾ, ਤੁਹਾਡੇ ਘਰ ਦੇ ਵਿੱਚ ਵੀ ਮੈਂ ਦੇਖਿਆ ਸਾਰੇ ਯੋਗ ਕਰਦੇ ਆ, ਛੋਟੇ ਤੁਹਾਡੇ, ਤੁਹਾਡੀਆਂ ਪੋਤੀਆਂ ਵੀ, ਤੁਹਾਡੇ ਬੇਟਾ ਵੀ, ਤੁਹਾਡੀ ਨੂੰਹ ਵੀ, ਸਾਰੇ ਯੋਗ ਕਰਦੇ ਨੇ, ਸਭ ਪਾਰਟਿਸਪੇਟ ਕਰਦੇ ਨੇ ਜੀ, ਸਭ ਕਰਦੇ ਨੇ, ਜਦੋਂ ਇਹ ਮਤਲਬ ਆਲਸ ਕਰਦੇ ਨੇ ਉਦੋਂ ਇਹਨਾਂ ਨੇ ਮੈਂ ਪੁਆਇੰਟ ਦਵਾ ਦੇਣੀ ਆ, ਕੀ ਕਰਦੇ ਨੇ ਉਹ, ਉਦੋਂ ਪੁਆਇੰਟ ਆ ਜਿਹੜੀਆਂ ਨੇ ਇਹ ਚੀਜ਼ਾਂ ਕਰਨੀਆਂ, ਫਿਰ ਇਹਨਾਂ ਨੂੰ ਕਰਕੇ ਨਾ ਅਤੇ ਇੱਥੋਂ ਅੱਗ ਪ੍ਰੈਸ਼ਰ ਕਰਕੇ ਲੱਤਾਂ ਦੇ ਨਾਲ ਪ੍ਰੈਸ਼ਰ ਦੇ ਦਿੰਦੀ ਹਾਂ, ਅਤੇ ਉਹ ਫਿਰ ਹਲਕਾ। ਮਾਤਾ ਜੀ ਤੁਸੀਂ ਐਂ ਦੱਸੋ ਵੀ ਤੁਸੀਂ ਪੜ੍ਹੇ ਲਿਖੇ ਕਿੰਨਾ ਹੋ?
ਪੜ੍ਹੀ ਤਾਂ ਮੈਂ ਨਹੀਂ ਨਹੀਂ ਮੈਂ ਸਿਆਣ ਕਰ ਸਕਦੀ ਹਾਂ ਤਾਂ ਉਹ ਵੀ ਮੈਂ ਸਿਆਣ ਛੱਡ ਦਿੱਤੇ ਹਨ, ਹੁਣ ਅੰਗੂਠਾ ਲਾਉਂਦੀ ਹਾਂ ਕਿਉਂਕਿ ਜਦੋਂ ਮੇਰੀਆਂ ਅੱਖਾਂ ਤੋਂ ਨਜ਼ਰ ਜਿਹੜੀ ਮੇਰੀ ਘੱਟ ਗਈ ਨਾ ਅਤੇ ਫਿਰ ਮੈਂ ਸਹੀ ਸਹੀ ਕਰਨੀ ਸਿਆਣ, ਫਿਰ ਮੈਂ ਇਹਨੂੰ ਛੱਡ ਹੀ ਦਿੱਤਾ, ਮੈਂ ਸਿਆਣ ਕਰਨ ਐਨਕ ਲੱਗੀ ਹੋਈ ਹੈ ਤੁਹਾਡੇ? ਹੈਂ ਐਨਕ ਨਹੀਂ ਮੈਂ ਲਾਈ, ਹੁਣ ਪਹਿਲਾਂ ਲੱਗੀ ਸੀ ਫਿਰ ਹਟ ਗਈ, ਹਾਂ ਫਿਰ ਇਹ ਕਰਦੇ ਹਾਂ ਹੁਣ ਮੈਂ ਕਰ ਸਕਦੀ ਹਾਂ ਸਿਆਣ, ਪਰ ਹੁਣ ਮੈਨੂੰ ਜਿੱਥੇ ਮਤਲਬ ਅੰਗੂਠੇ ਲਾਉਂਦੀ ਹਾਂ ਉੱਥੇ ਫਿਰ ਅਗਲੇ ਨੇ ਆਖਣਾ ਕਿ ਹੈ ਪਹਿਲਾਂ ਤਾਂ ਤੇਰੇ ਫਿਰ ਸੈਨ ਨਹੀਂ ਅੰਗੂਠਾ ਲਾਇਆ, ਹੁਣ ਸੈਨ ਕਰਨੀ, ਫਿਰ ਮੈਂ ਸੈਨ ਨਹੀਂ ਕਰਦੀ ਅੰਗੂਠਾ ਹੀ ਲਾਉਂਦੀ ਹਾਂ।